ਰੂਸ ਯੂਕਰੇਨ ਜੰਗ ਦੀ ਗੱਲ ਕਰ ਲਈਏ ਤਾਂ ਅੱਜ ਯੁੱਧ ਨੂੰ ਸ਼ੁਰੂ ਹੋਏ 12ਵਾਂ ਦਿਨ ਹੋ ਚੁੱਕਿਆ ਹੈ ਤੇ ਯੂਕਰੇਨ ਦੇ ਸ਼ਹਿਰਾਂ ਵਿੱਚ ਹਾਲਾਤ ਮੰਦੇ ਹੁੰਦੇ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਦਵਾਈਆਂ ਪਾਣੀ ਤੇ ਬਿਜਲੀ ਦੀ ਘਾਟ ਹੈ ਜਿਹੜੀ ਉਹ ਵੱਡੇ ਪੱਧਰ ਤੇ ਦਿਖਣ ਲੱਗੀ ਹੈ ਰੂਸ ਦੀਆਂ ਫੌਜਾਂ ਨੇ ਯੂਕਰੇਨ ਦੇ ਸ਼ਹਿਰਾਂ ਤੇ ਹਮਲੇ ਤੇਜ਼ ਕਰ ਦਿੱਤੇ ਨੇ ਇਸ ਦੇ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵਲਦੀਮੀਰ ਜ਼ੇਲੈਂਸਕੀ ਨੇ ਮੁੜ ਦੂਸਰੀ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਨੂੰ ਨੋ ਫਲਾਈ ਜ਼ੋਨ ਐਲਾਨ ਦਿੱਤਾ ਜਾਵੇ ਇਸ ਤੋਂ ਪਹਿਲਾਂ ਜਿਹੜੀ ਇਹ ਮੰਗ ਕੀਤੀ ਗਈ ਸੀ ਉਸ ਨੂੰ ਨਾਟੋ ਨੇ ਵੀ ਠੁਕਰਾ ਦਿੱਤਾ ਸੀ ਤੇ ਅਮਰੀਕਾ ਨੇ ਵੀ ਤੇ ਹੁਣ ਤਾਜ਼ਾ ਵੀਡੀਓ ਦੇ ਵਿੱਚ ਜ਼ੇਲੈਂਸਕੀ ਨੇ ਕਿਹਾ ਹੈ ਕਿ ਦੁਨੀਆ ਇੰਨੀ ਮਜ਼ਬੂਤ ਤਾਂ ਹੈ ਕਿ ਯੂਕਰੇਨ ਨੂੰ ਨੋ ਫਲਾਈ ਜ਼ੋਨ ਬਣਾ ਸਕੇ ਤੇ ਦੂਸਰੇ ਪਾਸੇ ਰੂਸ ਦੇ ਰਾਸ਼ਟਰਪਤੀ ਪੁਤਿਨ ਪਹਿਲਾਂ ਹੀ ਜ਼ੇਲੈਂਸਕੀ ਦੀ ਮੰਗ ਤੇ ਪੱਛਮ ਨੂੰ ਚੇਤਾਵਨੀ ਦੇ ਚੁੱਕੇ ਨੇ ਕਿ ਜੇ ਕਿਸੇ ਨੇ ਵੀ ਨੋ ਫਲਾਈ ਜ਼ੋਨ ਐਲਾਨਿਆ ਤਾਂ ਇਹਦਾ ਮਤਲਬ ਹੋਏਗਾ ਕਿ ਉਸ ਮੁਲਕ ਦੇ ਨਾਲ ਸਾਡੀ ਸਿੱਧੀ ਜੰਗ ਹੋ ਰਹੀ ਹੈ ਇਸ ਦਰਮਿਆਨ ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮੀਰ ਜ਼ੇਲੈਂਸਕੀ ਨੇ ਅਮਰੀਕੀ ਕਾਂਗਰਸ ਨੂੰ ਵੀ ਸੰਬੋਧਨ ਕੀਤਾ ਹੈ ਤੇ ਕਿਹਾ ਕਿ ਰੂਸ ਦੇ ਵਿੱਚ ਬਣੇ ਫਾਈਟਰ ਪਲੇਨ ਦੀ ਸਾਨੂੰ ਲੋੜ ਹੈ ਕਿਉਂਕਿ ਸਾਡੇ ਪਾਇਲਟ ਉਹ ਜਹਾਜ਼ ਚਲਾਉਣਾ ਜਾਣਦੇ ਨੇ ਤੇ ਜ਼ੇਲੈਂਸਕੀ ਨੇ ਸੋਸ਼ਲ ਮੀਡੀਆ ਤੇ ਜਿਹੜਾ ਵੀਡੀਓ ਜਾਰੀ ਕੀਤਾ ਹੈ ਉਹਦੇ ਵਿੱਚ ਕਿਹਾ ਹੈ ਕਿ ਜੇ ਤੁਸੀਂ ਅਜਿਹਾ ਨਹੀਂ ਕਰਦੇ ਤੇ ਆਪਣੀ ਰੱਖਿਆ ਕਰਨ ਦੇ ਲਈ ਸਾਨੂੰ ਲੜਾਕੂ ਜਹਾਜ਼ ਵੀ ਨਹੀਂ ਦਿੰਦੇ ਤਾਂ ਇਹਦਾ ਇੱਕ ਹੀ ਮਤਲਬ ਨਿਕਲਦਾ ਹੈ ਕਿ ਤੁਸੀਂ ਵੀ ਉਹੀ ਹੋ ਜਿਹੜੇ ਚਾਹੁੰਦੇ ਨੇ ਕਿ ਹੌਲੀ-ਹੌਲੀ ਸਾਨੂੰ ਮਾਰ ਦਿੱਤਾ ਜਾਵੇ ਉਧਰ ਯੂਕਰੇਨ ਦੇ ਸ਼ਹਿਰ ਮਾਰੀਓਪੋਲ ਦੇ ਵਿੱਚ ਮੁਰ ਤੋਂ ਜੰਗਬੰਦੀ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਮੁਰ ਸ਼ੁਰੂ ਤਾਂ ਕੀਤੀ ਗਈ ਪਰ ਹੁਣ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਲੋਕਾਂ ਨੂੰ ਕੱਢਣ ਦਾ ਜਿਹੜਾ ਸਿਲਸਲਾ ਸੀ ਉਹ ਫੇਰ ਰੋਕ ਦਿੱਤਾ ਗਿਆ ਹੈ ਕਿਉਂਕਿ ਮਾਰੀਉਪੋਲ ਸ਼ਹਿਰ ਦੇ ਵਿੱਚ ਹਾਲਾਤ ਬਹੁਤ ਖਰਾਬ ਨੇ ਉੱਥੇ ਰੂਸ ਦੀ ਫੌਜ ਹਮਲੇ ਲਗਾਤਾਰ ਕਰ ਰਹੀ ਹੈ ਮਾਰੀਓਪੋਲ ਤੇ ਵੋਲਵੋ ਵੋਲਨੋ ਵਾਕਾ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਸੁਰੱਖਿਅਤ ਲੰਘਾ ਨਹੀਂ ਮਿਲ ਰਿਹਾ ਅਤੇ ਰੂਸ ਯੂਕਰੇਨ ਯੁੱਧ ਬੰਦੀ ਦਾ ਜਿਹੜਾ ਭਾਰਤੀਆਂ ਨੂੰ ਵੀ ਨਹੀਂ ਫਾਇਦਾ ਮਿਲ ਰਿਹਾ ਕਈ ਵਿਦਿਆਰਥੀ ਹਾਲੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਮਾਰੀਓਪੋਲ ਸ਼ਹਿਰ ਦੇ ਮੇਅਰ ਨੇ ਕਿਹਾ ਕਿ ਗੋਲੀਬੰਦੀ ਫਿਰ ਤੋਂ ਸਿਰੇ ਨਹੀਂ ਚੜ ਸਕੀ ਤੇ ਲੋਕ ਬਿਨਾ ਬਿਜਲੀ ਤੇ ਪਾਣੀ ਤੋਂ ਘਿਰੇ ਹੋਏ ਨੇ ਸਖਤ ਠੰਡ ਦੀ ਮਾਰ ਵੀ ਚੱਲ ਰਹੀ ਹੈ ਮਾਰੀਓਪੋਲ ਦੇ ਸਿਟੀ ਕਾਉਂਸਲ ਨੇ ਕਿਹਾ ਕਿ ਸ਼ਹਿਰ ਦੇ ਵਿੱਚ 5 ਦਿਨਾਂ ਤੋਂ ਲੋਕ ਬਿਨਾ ਖਾਣਾ ਤੇ ਪਾਣੀ ਤੋਂ ਫਸੇ ਹੋਏ ਨੇ ਤੇ ਬਿਜਲੀ ਵੀ ਨਹੀਂ ਹੈ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਦੇ ਮੁਤਾਬਕ ਰੂਸ ਦੀ ਬੰਬਾਰੀ ਦੇ ਵਿੱਚ ਰਾਜਧਾਨੀ ਕੀਵ ਦੇ ਦੱਖਣ ਪੱਛਮ ਦੇ ਵਿੱਚ ਸਥਿਤ ਨਾਗਰਿਕ ਹਵਾਈ ਅੱਡਾ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕਿਆ ਹੈ ਹੁਣ ਤੱਕ ਰੂਸ ਨੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤਰ ਤੇ ਪੂਰਬੀ ਇਲਾਕਿਆਂ ਦੇ ਨਾਲ ਯੂਕਰੇਨ ਦੇ ਦੱਖਣੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਯੂਕਰੇਨ ਦੇ ਵਿੱਚ ਰੂਸ ਦੀ ਬੰਬਾਰੀ ਤੋਂ ਡਰ ਕੇ ਲੋਕ ਦੇਸ਼ ਛੱਡ ਕੇ ਭੱਜ ਰਹੇ ਨੇ ਇਸ ਦੇ ਦਰਮਿਆਨ ਖਬਰ ਮਿਲੀ ਹੈ ਕਿ ਇਰਪਿੰ ਦੇ ਵਿੱਚ ਰੂਸ ਦੀ ਬੰਬਾਰੀ ਦੇ ਵਿੱਚ ਘੱਟੋ ਘੱਟ ਤਿੰਨ ਲੋਕਾਂ ਦੀ ਮੌਤ ਹੋਈ ਹੈ ਰੂਸ ਨੇ ਇੱਕ ਟੁੱਟੇ ਹੋਏ ਪੁਰ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਤੇ ਉੱਤੇ ਲੋਕ ਜਿਹੜੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ ਉਹ ਵੀ ਹਮਲੇ ਦਾ ਸ਼ਿਕਾਰ ਹੋ ਗਏ ਯੂਨਾਈਟਿਡ ਨੇਸ਼ਨਸ ਦੀ ਸ਼ਰਨਾਰਥੀ ਏਜੰਸੀ ਦੇ ਮੁਤਾਬਿਕ ਯੂਕਰੇਨ ਛੱਡ ਕੇ ਜਾਣ ਵਾਲਿਆਂ ਦਾ ਅੰਕੜਾ 15 ਲੱਖ ਤੋਂ ਪਾਰ ਪਹੁੰਚ ਗਿਆ ਉਧਰ ਰੂਸ ਨੇ ਦਾਅਵਾ ਕੀਤਾ ਹੈ ਕਿ ਪੂਰਬ ਦੇ ਵਿੱਚ ਸਾਡੀ ਫੌਜ ਡੋਨਬਾਸ ਵੱਲ 7 ਕਿਲੋਮੀਟਰ ਅੱਗੇ ਵਧ ਗਈ ਹੈ ਯੂਕਰੇਨ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਤਬਾਹੀ ਦਾ ਮੰਜ਼ਰ ਹੈ ਲਗਾਤਾਰ ਲੋਕ ਆਪਣੀ ਜਾਨ ਬਚਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਤੇ ਇਸੇ ਦਰਮਿਆਨ ਇੱਕ ਫੌਜੀ ਜੋੜੇ ਨੇ ਜੰਗ ਦਰਮਿਆਨ ਹੀ ਵਿਆਹ ਕੀਤਾ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਫੌਜੀ ਵਰਦੀ ਦੇ ਵਿੱਚ ਹੀ ਉਹਨਾਂ ਨੇ ਵਿਆਹ ਦੀ ਰਸਮ ਅਦਾ ਕੀਤੀ ਹੈ ਰੂਸ ਦੇ ਵਿੱਚ ਯੂਕਰੇਨ ਤੇ ਹਮਲੇ ਦੇ ਵਿਰੋਧ ਵਿੱਚ ਲਗਾਤਾਰ ਲੋਕਾਂ ਦੇ ਵੱਲੋਂ ਰੋਸ ਮੁਜ਼ਾਰੇ ਕੀਤੇ ਜਾ ਰਹੇ ਨੇ ਤੇ ਰੂਸ ਦੀ ਰਾਜਧਾਨੀ ਮਾਸਕੋ ਦੇ ਵਿੱਚ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਦੇ ਵਿੱਚ ਕਰੀਬ 2500 ਲੋਕਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚੋਂ 1700 ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੇਂਟ ਪੀਟਰਸਬਰਗ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ 1500 ਲੋਕ ਸ਼ਾਮਲ ਸੀ ਜਿਨ੍ਹਾਂ ਵਿੱਚੋਂ 750 ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੋਰ ਵੱਖ-ਵੱਖ ਥਾਵਾਂ ਤੋਂ 1061 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇੱਕ ਦਿਨ ਵਿੱਚ ਹੀ 3500 ਲੋਕ ਗ੍ਰਿਫਤਾਰ ਕਰ ਲਏ ਗਏ ਨੇ। ਉਧਰ ਉਸ ਦੇ ਰਾਸ਼ਟਰਪਤੀ ਵਲਾਦੀਰ ਪੁਤਿਨ ਨੇ ਤੁਰਕੀ ਦੇ ਰਾਸ਼ਟਰਪਤੀ ਰੈਚਿਪ ਤਈਅਪ ਅਰਦੇ ਅਰਦਵਾਨ ਦੇ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਯੂਕਰੇਨ 'ਤੇ ਰੂਸ ਦਾ ਹਮਲਾ ਕਦੋਂ ਬੰਦ ਹੋਏਗਾ। ਪੁਤਿਨ ਨੇ ਕਿਹਾ ਕਿ ਰੂਸ ਯੂਕਰੇਨ ਦੇ ਵਿੱਚ ਆਪਣਾ ਫੌਜੀ ਆਪਰੇਸ਼ਨ ਉਦੋਂ ਰੁਕੂਗਾ ਜਦੋਂ ਯੂਕਰੇਨ ਲੜਨਾ ਛੱਡ ਦੇਊਗਾ ਤੇ ਸਾਡੀਆਂ ਮੰਗਾਂ ਮੰਨ ਲਊਗਾ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜான்ਸਨ ਕਹਿ ਰਹੇ ਨੇ ਕਿ ਯੂਕਰੇਨ ਤੇ ਹਮਲੇ ਦੀ ਕਾਰਵਾਈ ਦੇ ਵਿੱਚ ਪੁਤਿਨ ਨੂੰ ਹਰ ਹਾਲ ਦੇ ਵਿੱਚ ناکਾਮ ਹੋਣਾ ਚਾਹੀਦਾ ਹੈ ਪੁਤਿਨ ਇਸ ਵਿੱਚ ناکਾਮ ਹੁੰਦੇ ਹੋਏ ਦੇਖੇ ਜਾਣੇ ਚਾਹੀਦੇ ਨੇ ਉਹਨਾਂ ਨੇ ਇੱਕ 6 ਸੁਤਰੀ ਪਲਾਨ ਆਫ ਐਕਸ਼ਨ ਵੀ ਪੇਸ਼ ਕੀਤਾ ਹੈ ਹੁਣ ਗੱਲ ਕਰਦੇ ਹਾਂ ਭਾਰਤੀ ਵਿਦਿਆਰਥੀਆਂ ਦੀ ਜਿਹੜੇ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਦਾਵਾ ਕੀਤਾ ਹੈ ਕਿ ਯੂਕਰੇਨ ਦੇ ਵਿੱਚ ਭਾਰਤ ਨੇ ਉਹ ਕਰ ਦਿਖਾਇਆ ਜੋ ਵੱਡੇ ਵੱਡੇ ਦੇਸ਼ਾਂ ਦੇ ਲਈ ਵੀ ਮੁਸ਼ਕਲ ਹੈ ਮੋਦੀ ਨੇ ਕਿਹਾ ਕਿ ਯੂਕਰੇਨ ਸੰਕਟ ਦੇ ਵਿੱਚ ਭਾਰਤ ਆਪਰੇਸ਼ਨ ਗੰਗਾ ਚਲਾ ਕੇ ਜਿਸ ਤਰ੍ਹਾਂ ਆਪਣੇ ਨਾਗਰਿਕਾਂ ਨੂੰ ਯੁੱਧ ਖੇਤਰ ਤੋਂ ਬਾਹਰ ਕੱਢ ਰਿਹਾ ਹੈ ਉਹ ਭਾਰਤ ਦੇ ਵਾਅਦੇ ਪ੍ਰਭਾਵ ਦਾ ਹੀ ਸਬੂਤ ਹੈ ਹਾਲਾਂਕਿ ਜਿਹੜੇ ਭਾਰਤੀ ਵਿਦਿਆਰਥੀ ਖਾਸ ਕਰਕੇ ਪੰਜਾਬ ਦੇ ਵਿਦਿਆਰਥੀ ਵਾਪਸ ਪਰਤ ਰਹੇ ਨੇ ਉਹ ਆ ਕੇ ਜਦੋਂ ਆਪ ਨੇ ਨਾਲ ਬੀਤੇ ਹਾਲਾਤ ਦੱਸਦੇ ਨੇ ਤਾਂ ਸੁਣ ਕੇ ਹਰ ਕੋਈ ਚਿੰਤਾ ਦੇ ਵਿੱਚ ਆ ਜਾਂਦਾ ਹੈ ਖਾਸ ਕਰਕੇ ਉਹ ਲੋਕ ਜਨਾਂ ਦੇ ਬੱਚੇ ਹਾਲੇ ਵੀ ਯੂਕਰੇਨ ਦੇ ਵਿੱਚ ਫਸੇ ਹੋਏ ਨੇ ਸ੍ਰੀ ਮੁਕਸਰ ਸਾਹਿਬ ਦੇ 12 ਵਿਦਿਆ ਮਾਫ ਕਰਨਾ 13 ਵਿਦਿਆਰਥੀ ਘਰ ਪਰਤ ਆਏ ਨੇ ਪਰ ਹਾਲੇ ਵੀ ਤਿੰਨ ਵਿਦਿਆਰਥੀ ਰੂਮਾਨੀਆਂ ਦੀ ਸਰਹੱਦ ਤੇ ਫਸੇ ਹੋਏ ਨੇ ਯੂਕਰੇਨ ਤੋਂ ਪਰਤੀ ਮੁਕਸਰ ਦੀ ਮਹਿਕ ਪ੍ਰੀਤ कौर ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ਤੇ ਹਰ ਸੂਬੇ ਦੇ ਅਧਿਕਾਰੀ ਆਪੋ ਆਪਣੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਲੈਣ ਲਈ ਪਹੁੰਚਦੇ ਨੇ ਪਰ ਪੰਜਾਬ ਦਾ ਕੋਈ ਵੀ ਅਧਿਕਾਰੀ ਉੱਥੇ ਮੌਜੂਦ ਨਹੀਂ ਹੈ ਜਲੰਧਰ ਜ਼ਿਲ੍ਹੇ ਦੇ ਵੀ ਪੰਜ ਵਿਦਿਆਰਥੀ ਘਰਾਂ ਨੂੰ ਪਰਤ ਆਏ ਨੇ ਤੇ ਲੰਬੀ ਜद्दोजਹਿਦ ਤੋਂ ਬਾਅਦ ਮਾਨਸਾ ਦੇ ਬਰੇਟਾ ਦਾ ਰਹਿਣ ਵਾਲਾ ਪਿਊਸ਼ ਵੀ ਘਰੇ ਪਰਤ ਆਇਆ ਹੈ ਯੂਕਰੇਨ ਤੋਂ ਵਾਪਸ ਮੁੜੀ ਮੁਕੇਰੀਆਂ ਦੀ ਜੈਸਮੀਨ ਨੇ ਦੱਸਿਆ ਕਿ ਬਰੈਡ ਤੇ ਆਲੂ ਖਾ ਕੇ ਉੱਥੇ ਵਿਦਿਆਰਥੀ ਗੁਜ਼ਾਰਾ ਕਰਦੇ ਰਹੇ ਨੇ ਪਾਣੀ ਵੀ ਮੁੱਕ ਗਿਆ ਸੀ ਜਦੋਂ ਬੰਕਰਾਂ ਦੇ ਵਿੱਚ ਸੀ ਤਾਂ ਉੱਥੇ ਆਪਣਾ ਬਚਿਆ ਖੁਚਿਆ ਜਿਹੜਾ ਘਰ ਦਾ ਸਮਾਨ ਸੀ ਉਹ ਵਿਦਿਆਰਥੀ ਲੈ ਕੇ ਗਏ ਸੀ ਬੰਕਰਾਂ ਵਿੱਚ ਬੈਠੇ ਵਿਦਿਆਰਥੀਆਂ ਦੇ ਕੋਲੇ ਦੋ ਬੋਤਲਾਂ ਪਾਣੀ ਆਲੂਆਂ ਤੇ ਕੁਝ ਪੈਕੇਟ ਬਰੈਡ ਤੋਂ ਵੱਧ ਕੁਝ ਵੀ ਨਹੀਂ ਸੀ ਤੇ ਕਈ-ਕਈ ਦਿਨ ਉਹਨਾਂ ਨੂੰ ਇਹਨਾਂ ਦੇ ਸਹਾਰੇ ਹੀ ਕੱਟਣੇ ਪਏ ਸਾਰੇ ਵਿਦਿਆਰਥੀ ਇਹੀ ਕਹਿ ਰਹੇ ਨੇ ਕਿ ਯੂਕਰੇਨ ਦੇ ਅੰਦਰ ਭਾਰਤ ਸਰਕਾਰ ਭਾਰਤੀ ਐਮਬੈਸੀ ਉਹਨਾਂ ਦੀ ਕੋਈ ਮਦਦ ਨਹੀਂ ਕਰ پا ਰਹੀ ਹੈ। ਅੰਮ੍ਰਿਤਸਰ ਦੇ ਵੀ ਚਾਰ ਹੋਰ ਵਿਦਿਆਰਥੀ ਯੂਕਰੇਨ ਤੋਂ ਪਰਤ ਆਏ ਨੇ। ਬਟਾਲੇ ਦੀਆਂ ਦੋ ਵਿਦਿਆਰਥਣਾਂ ਵੀ ਘਰੇ ਮੁੜ ਆਈਆਂ ਨੇ ਤੇ ਉਹਨਾਂ ਨੇ ਵੀ ਭਾਰਤੀ ਦੂਤਾਵਾਸਤੇ ਮਦਦ ਨਾ ਕਰਨ ਦੇ ਦੋਸ਼ ਲਾਏ ਨੇ। ਦੋਵਾਂ ਨੇ ਦੱਸਿਆ ਕਿ ਲੰਘੇ ਕਈ ਦਿਨਾਂ ਤੋਂ ਬੰਕਰਾਂ ਦੇ ਵਿੱਚ ਰਹਿ ਰਹੀਆਂ ਸੀ। ਬਾਹਰ ਹੁੰਦੇ ਧੁਮਾਕਿਆਂ ਦੀਆਂ ਆਵਾਜ਼ਾਂ ਸੁਣ ਕੇ ਵਿਦਿਆਰਥੀ ਸੁੰਨ ਹੋ ਜਾਂਦੇ ਸੀ। ਸਿਰਫ ਬਿਸਕੁਟ ਤੇ ਕੇਕ ਖਾ ਕੇ ਉਹਨਾਂ ਨੇ ਦਿਨ ਕੱਟੀ ਕੀਤੀ। ਸੁਖਮਨਜੀਤ ਦੀ ਤਾਂ 3 ਕਿ ਮਹੀਨੇ ਦੀ ਪੜਾਈ ਹੀ ਬਾਕੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੇ ਘਰੇ ਆਉਣ ਦੇ ਲਈ ਟਿਕਟਾਂ ਬੁੱਕ ਕਰਵਾ ਲਈਆਂ ਸੀ ਪਰ ਯੂਨੀਵਰਸਿਟੀ ਦੇ ਵੱਲੋਂ ਇਜਾਜ਼ਤ ਨਾ ਮਿਲਣ ਕਾਰਨ ਉੱਥੇ ਹੀ ਫਸ ਕੇ ਰਹਿ ਗਈ ਬੰਕਰਾਂ ਦੇ ਵਿੱਚ 8 ਦਿਨ ਬਹੁਤ ਹੀ ਔਖੇ ਗੁਜ਼ਰੇ ਕਿਵੇਂ ਨਾ ਕਿਵੇਂ ਕਰਕੇ ਉਹ ਸਰਹੱਦਾਂ ਦੇ ਉੱਤੇ ਪਹੁੰਚੇ ਪਰ ਉੱਥੇ ਯੂਕਰੇਨ ਦੇ ਫੌਜੀਆ ਦਾ ਬਹੁਤ ਹੀ ਮਾੜਾ ਵਰਤਾਰਾ ਸੀ ਡੇਰਾਬਸੀ ਦੇ ਵੀ 15 ਵਿਦਿਆਰਥੀ ਘਰ ਪਰਤ ਆਏ ਨੇ ਤਿੰਨ ਵਿਦਿਆਰਥੀਆਂ ਦੇ ਨਾਲ ਸੰਪਰਕ ਹੀ ਨਹੀਂ ਹੋ پا ਰਿਹਾ ਸੱਤ ਵਿਦਿਆਰਥੀ ਯੂਕਰੇਨ ਦੇ ਗੁਆਂਢੀ ਮੁੱਲਕਾਂ ਦੇ ਵਿੱਚ ਪਹੁੰਚ ਗਏ ਨੇ ਉਧਰ ਯੂਕਰੇਨ ਦੇ ਖਾਰਕਿਵ ਤੋਂ ਜਿਹੜੇ ਵੱਡੇ ਕੈਂਟੀ ਵਿੱਚ ਵਿਦਿਆਰਥੀ ਚੱਲੇ ਨੇ ਹਜ਼ਾਰਾਂ ਵਿਦਿਆਰਥੀਆਂ ਨੇ ਪਹਿਲਾਂ ਹਾਲੈਂਡ ਰਾਹੀਂ ਭਾਰਤ ਵਾਪਸ ਆਉਂਦਾ ਫੈਸਲਾ ਲਿਆ ਸੀ ਪਰ ਹਾਲੈਂਡ ਵੱਲ ਜਾਂਦੀਆਂ ਸੜਕਾਂ ਤੇ ਜਾਮ ਲੱਗੇ ਹੋਣ ਕਰਕੇ ਹੁਣ ਉਹਨਾਂ ਨੂੰ ਰូមਾਨੀਆ ਰਾਹੀਂ ਵਾਪਸ ਆਉਣਾ ਪੈ ਰਿਹਾ ਹੈ ਲਗਾਤਾਰ 36 ਘੰਟੇ ਸਫ਼ਰ ਕਰਨ ਤੋਂ ਬਾਅਦ ਲਾਈਨਾਂ ਦੇ ਵਿੱਚ ਲੱਗ ਕੇ ਉਹਨਾਂ ਨੇ ਹਵਾਈ ਜਹਾਜ਼ ਦੀ ਉਡਾਣ ਕੀਤੀ। ਮਦਰ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ 20 ਪੋਲੈਂਡ ਪਹੁੰਚੇ ਹੋਏ ਨੇ ਅਤੇ ਖਾਰਕੀਵ ਦੇ ਵਿੱਚ ਫਸੇ ਵਿਦਿਆਰਥੀ ਬੱਸਾਂ ਰਾਹੀਂ ਅੱਜ ਪੋਲੈਂਡ ਪਹੁੰਚਣਗੇ ਇਹ ਜਾਣਕਾਰੀ ਉਹਨਾਂ ਨੇ ਦਿੱਤੀ ਹੈ। ਗੁਰਜੀਤ ਸਿੰਘ ਔਜਲਾ ਆਪਣੇ ਪੋਲੈਂਡ ਦੌਰੇ ਦੀ ਰਿਪੋਰਟ ਵੀ ਸੰਸਦ ਦੇ ਵਿੱਚ ਪੇਸ਼ ਕਰਨਗੇ। ਇਕੱਲੇ ਅਜਿਹੇ ਸਿਆਸੀ ਲੀਡਰ ਨੇ ਜੋ ਨਿੱਜੀ ਤੌਰ ਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਦੀ ਮਦਦ ਲਈ ਪੋਲੈਂਡ ਯੂਕਰੇਨ ਸਰਹੱਦ ਤੇ ਪਹੁੰਚੇ ਨੇ। ਉਹਨਾਂ ਨੇ ਵੀ ਕੇਂਦਰ ਸਰਕਾਰ ਦੇ ਵੱਲੋਂ ਭਾਗ ਪੰਜਾਬੀਆਂ ਦੀ ਸੁਰੱਖਿਅਤ ਵਾਪਸੀ ਲਈ ਕੀਤੇ ਪ੍ਰਬੰਧਾਂ ਨੂੰ ਨਾਕਾਫੀ ਦੱਸਿਆ ਤੇ ਕਿਹਾ ਕਿ ਸਵੈ ਸੇਵੀ ਜਥੇਬੰਦੀਆਂ ਦੀ ਮਦਦ ਕਾਰਨ ਹੀ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਹੋ ਰਹੀ ਹੈ ਤੇ ਇਸ ਵੱਡੇ ਸੰਕਟ ਦੇ ਸਮੇਂ ਦੇ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਉੱਥੋਂ ਬਚ ਕੇ ਨਿਕਲਣ ਵਾਲੇ ਨਾਗਰਿਕਾਂ ਦੇ ਲਈ ਇੱਕ ਵੱਡੀ ਜਿਹੜੀ ਓਟ ਹੈ ਜਾਂ ਵੱਡਾ ਸਹਾਰਾ ਬਣ ਰਹੇ ਨੇ ਉਹ ਗੁਰਦੁਆਰੇ ਵੀ ਨੇ ਜਿਹੜੇ ਕਿ ਯੂਕਰੇਨ ਦੇ ਆਸ-ਪਾਸ ਜਿਹੜੇ ਮੁਲਕ ਨੇ ਗੁਆਂਡੀ ਮੁਲਕ ਨੇ ਉਹਨਾਂ ਦੇ ਵਿੱਚ ਸਥਿਤ ਜਿੰਨੇ ਵੀ ਗੁਰਦੁਆਰੇ ਨੇ ਉਹ ਸ਼ਰਨਾਰਥੀਆਂ ਨੂੰ ਪਨਾਹ ਦੇ ਰਹੇ ਨੇ ਭਾਰਤੀ ਵਿਦਿਆਰਥੀ ਵੀ ਜਦੋਂ ਦੂਸਰੇ ਮੁਲਕਾਂ ਦੇ ਵਿੱਚ ਐਂਟਰ ਹੋ ਰਹੇ ਨੇ ਤਾਂ ਗੁਰਦੁਆਰਿਆਂ ਦੇ ਵਿੱਚ ਆਪਣੀ ਆਪਣਾ ਨਿਵਾਸ ਹੈ ਜਿਹੜਾ ਉਹ ਰੱਖਦੇ ਨੇ ਤੇ ਉੱਥੇ ਉਹਨਾਂ ਨੂੰ ਉਹਨਾਂ ਦੇ ਰਹਿਣ ਦਾ ਸਾਰਾ ਪ੍ਰਬੰਧ ਕੀਤਾ ਜਾਂਦਾ ਹੈ। ਜੰਗ ਦੇ ਦਰਮਿਆਨ ਰੋਮਾਨੀਆਂ ਤੋਂ ਇੱਕ ਅਜੀਹਾ ਬਿਆਨ ਆਇਆ ਹੈ ਇੱਕ ਜਿਹੜਾ ਵੀਡੀਓ ਆਇਆ ਹੈ ਜਿਸ ਨੂੰ ਦੇਖ ਸੁਣ ਕੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ਦੇ ਸਿਆਸੀ ਲੀਡਰ ਕਿਵੇਂ ਹਰ ਗੱਲ ਦੇ ਵਿੱਚ ਆਪਣੀ ਸਿਆਸਤ ਚਮਕਾਉਣ ਦੇ ਵਿੱਚ ਲੱਗ ਜਾਂਦੇ ਨੇ। ਦਰਅਸਲ ਰੋਮਾਨੀਆਂ ਦੇ ਸਾਗੋਬ ਸੂਬੇ ਦੇ ਮੇਅਰ ਨੂੰ ਗੁੱਸਾ ਇਸ ਕਰਕੇ ਆਇਆ ਕਿ ਆਪਰੇਸ਼ਨ ਗੰਗਾ ਦੇ ਨਾਮ ਤੇ ਆਪਣੇ ਪ੍ਰਚਾਰ ਨੂੰ ਹੀ ਸਿਆਸੀ ਲੀਡਰ ਬढ़ावा ਦੇ ਰਹੇ ਨੇ। ਉਹਨਾਂ ਕਿਹਾ ਕਿ ਸਿਆਸੀ ਲੀਡਰ ਭਾਰਤ ਦੇ ਸਿਆਸੀ ਲੀਡਰ ਨੇ ਆਪਣਾ ਪ੍ਰਚਾਰ ਕੀਤਾ ਆਪਰੇਸ਼ਨ ਗੰਗਾ ਦੇ ਤਹਿਤ ਜੋ ਕਿ ਬੇਸ਼ਰਮੀ ਦੀ ਹੱਦ ਹੈ ਕੰਮ ਤੋਂ ਪਹਿਲਾਂ ਪ੍ਰਚਾਰ ਦੀ ਇਸ ਸਨਕ ਨੇ ਭਾਰਤ ਦੀ ਛਵੀ ਹੈ ਜਿਹੜੀ ਉਹ ਜ਼ਰੂਰ ਵਿਗਾੜੀ ਹੈ ਮੇਅਰ ਐਂਗੇਲ ਨੇ ਦੱਸਿਆ ਕਿ ਜਦੋਂ 157 ਭਾਰਤੀ ਵਿਦਿਆਰਥੀਆਂ ਨੂੰ ਮਿਲੇ ਤਾਂ ਉਹਨਾਂ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਰਹਿਣ ਤੋਂ ਲੈ ਕੇ ਖਾਣ ਪੀਣ ਦਾ ਇੰਤਜ਼ਾਮ ਵਿਦਿਆਰਥੀਆਂ ਨੇ ਖੁਦ ਕੀਤਾ ਫਿਰ ਜਦੋਂ ਰੂਮਾਨੀਆ ਪਹੁੰਚੇ ਤਾਂ ਸਾਗੋਬ ਸੂਬੇ ਦੇ ਨਾਗਰਿਕਾਂ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਤਾਂ ਮੇਅਰ ਕਹਿੰਦੇ ਨੇ ਕਿ ਉਦੋਂ ਹੀ ਮੈਂ ਦੇਖਿਆ ਕਿ ਇੱਕ ਜਨਾਬ ਕੈਮਰੇ ਦੇ ਮੂਹਰੇ ਆ ਕੇ ਗੱਲਬਾਤ ਕਰਦੇ ਨੇ ਅਤੇ ਬੜੇ ਹੰਕਾਰੀ ਸੁਰ ਦੇ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲੱਗਦੇ ਨੇ ਤੇ ਉੱਥੇ ਉਹਨਾਂ ਨੂੰ ਵਿਦਿਆਰਥੀਆਂ ਦੀ ਤਕਲੀਫ ਨਾਲ ਕੋਈ ਮਤਲਬ ਨਹੀਂ ਸੀ ਉਹ ਸਿਰਫ ਆਪਣੀ ਛਵੀ ਚਮਕਾਉਣ ਦੇ ਵਿੱਚ ਲੱਗੇ ਸੀ ਮੇਰ ਨੇ ਦੱਸਿਆ ਕਿ ਸਾਨੂੰ ਇਹ ਪਤਾ ਲੱਗਿਆ ਕਿ ਭਾਰਤੀ ਦੂਤਾਵਾਸ ਵੱਲੋਂ ਬੱਸਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਵਿਦਿਆਰਥੀਆਂ ਨੂੰ ਜਹਾਜ਼ ਦੀ ਕੋਈ ਡਿਟੇਲ ਵੀ ਨਹੀਂ ਦਿੱਤੀ ਗਈ ਉਦੋਂ ਤੱਕ ਉਹ ਕਿੱਥੇ ਰੁਕਦੇ ਤੇ ਜਦੋਂ ਮੈਂ ਦੇਖਿਆ ਕਿ ਮੰਤਰੀ ਵਿਦਿਆਰਥੀਆਂ ਦੇ ਨਾਲ ਸਨਮਾਨ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਤਾਂ ਮੈਨੂੰ ਗੁੱਸਾ ਆ ਗਿਆ ਸੋ ਇਸ ਜੰਗ ਦੇ ਦਰਮਿਆਨ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵੇ ਕਰ ਰਹੇ ਨੇ ਕਿ ਭਾਰਤ ਦੀ ਤਾਕਤ ਹੈ ਕਿ ਅਸੀਂ ਉਸ ਮੁਲਕ ਦੇ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਾਂ ਪਰ ਇਹ ਇੱਕ ਸੱਚਾਈ ਹੈ ਗਰਾਊਂਡ ਦੀ ਕਿ ਵਿਦਿਆਰਥੀ ਜੇ ਸਰਹੱਦਾਂ ਤੱਕ ਪਹੁੰਚਦੇ ਨੇ ਤਾਂ ਭਾਰਤ ਸਰਕਾਰ ਉਹਨਾਂ ਦੀ ਮਦਦ ਕਰ ਰਹੀ ਹੈ ਅੰਦਰੋਂ ਨਿਕਲਣ ਦੇ ਵਿੱਚ ਕੋਈ ਮਦਦ ਨਹੀਂ ਕੀਤੀ ਜਾ ਰਹੀ